ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਰਮਨ ਪੰਜਾਬੀ ਕੁਕਿੰਗ ਐਂਡ ਵਲੌਗ ਦੇ ਵਿੱਚ। ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਗ ਦੀ ਰੈਸਪੀ। ਅੱਜ ਆਪਾਂ ਬਣਾਵਾਂਗੇ ਚੁੱਲ੍ਹੇ 'ਤੇ ਸਾਗ, ਜੋ ਕਿ ਸਰਦੀਆਂ 'ਚ ਬਹੁਤ ਜ਼ਿਆਦਾ ਟੇਸਟੀ ਲੱਗਦਾ। ਜਿਹੜੀਆਂ ਸਰਦੀਆਂ ਹੋ ਗਈਆਂ ਸਟਾਰਟ, ਹਲਕੀ ਹਲਕੀ ਜਿਹੜੀ ਠੰਡ ਪੈਣੀ ਸਟਾਰਟ ਹੋ ਗਈ ਆ, ਅਤੇ ਜਿਹੜਾ ਇਸ ਰੁੱਤ ਦੇ ਵਿੱਚ ਸਾਗ ਆ ਉਹ ਬਹੁਤ ਟੇਸਟੀ ਲੱਗਦਾ, ਖਾਣ ਨੂੰ ਦਿਲ ਕਰਦਾ ਸਾਗ। ਅਤੇ ਅੱਜ ਪਹਿਲਾਂ ਜਿਹੜਾ ਸਾਗ ਤਾਂ ਕਾਫੀ ਟਾਈਮ ਦਾ ਆਇਆ ਹੋਇਆ, ਪਹਿਲਾਂ ਜਿਹੜਾ ਟਾਈਮ ਨਹੀਂ ਲੱਗਾ ਬਣਾਉਣ ਦਾ, ਇੱਕ ਵਾਰੀ ਅਸੀਂ ਬਣਾਇਆ ਸਾਗ ਅੱਗੇ, ਅਤੇ ਅੱਜ ਆਪਾਂ ਸਾਗ ਬਣਾਉਂਦੇ ਹਾਂ। ਸਾਗ ਜਿਹੜਾ ਬਹੁਤ ਸੋਹਣਾ ਸੀਗਾ, ਬਹੁਤ ਵਧੀਆ ਸੀ, ਤੋਰੀਏ ਦਾ ਸਾਗ ਸੀਗਾ। ਸਰ੍ਹੋਂ ਜਿਹੜੀ ਹਜੇ ਨਹੀਂ ਹੋਈਗੀ, ਇਹ ਅਸੀਂ ਜਿਹੜਾ ਸਾਗ ਆ ਮੌਲੀ ਲਿਆ ਸੀਗਾ, ਹਜੇ ਜਿਹੜਾ ਖੇਤ ਆ ਸਾਗ ਆ ਸਰ੍ਹੋਂ ਬੀਜੀ ਸੀਗੀ, ਉਹ ਹਜੇ ਸਰ੍ਹੋਂ ਛੋਟੀ ਆ, ਹਜੇ ਸਾਗ ਵਾਲੀ ਨਹੀਂ ਹੋਈਗੀ, ਹੋਰ 8-10 ਦਿਨ ਤੱਕ ਤਾਂ ਹੋ ਜੂਗੀ, ਪਰ ਹਜੇ ਨਹੀਂ ਹੋਈ ਸਾਗ ਬਣਾਉਣ ਵਾਲੀ, ਸਾਗ ਨਹੀਂ ਬਣਿਆ ਹਜੇ ਸਰ੍ਹੋਂ ਛੋਟੀ ਕਰਕੇ। ਅਤੇ ਜਿਹੜਾ ਇਹ ਸਾਗ ਸੀ ਨਾ, ਬਹੁਤ ਸੋਹਣਾ ਸੀਗਾ, ਇਹਦੇ ਵਿੱਚ ਉਵੇਂ ਹੈ ਨਹੀਂ ਸੀਗੇ ਵੀ, ਨਹੀਂ ਤਾਂ ਪੱਤੇ ਵਗੈਰਾ ਜਾਂ ਇਕੱਠੇ ਕੀਤੇ ਹੁੰਦੇ ਆ, ਬਸ ਪੱਤਰਾ ਜਿਹਾ ਹੀ ਹੁੰਦਾ ਸਾਗ ਦਾ। ਇਹ ਗੰਦਲਾਂ ਵਾਲਾ ਸਾਗ ਸੀ, ਬਹੁਤ ਸੋਹਣਾ ਸੀਗਾ, ਇਹਦੇ ਵਿੱਚੋਂ ਵੀ ਜ਼ਿਆਦਾ ਨਾ ਘਾਹ ਫੂਸ ਜਿਹਾ ਨਹੀਂ ਨਿਕਲਿਆ ਗਾ। ਅਤੇ ਆਪਾਂ ਇਹਨੂੰ ਇੱਕ ਵਾਰ ਸਾਰਾ ਸਾਫ਼ ਕਰ ਲੈਂਦੇ ਹਾਂ। ਇਹ ਛਿੱਲਣ ਵਾਲਾ ਤਾਂ ਹੈ ਨਹੀਂ ਸੀਗਾ, ਕਿਉਂਕਿ ਲਵਾ ਹੁੰਦਾ ਨਾ ਇਸ ਰੁੱਤ ਦਾ ਸਾਗ ਜਿਹੜਾ ਹੁੰਦਾ, ਅਤੇ ਇੰਨਾ ਕਿ ਇਹਦੇ ਵਿੱਚੋਂ ਜਿਹੜਾ ਨਿਕਲਿਆ ਬਸ ਪੱਤੇ ਵਗੈਰਾ, ਬਸ ਉਹ ਵੀ ਛੋਟੇ ਪੱਤੇ ਸੀਗੇ, ਘਾਹ ਘੂਹ ਹੈ ਨਹੀਂ ਸੀ ਇਹਦੇ ਵਿੱਚ ਕੋਈ ਵੀ ਕੱਖ ਵਗੈਰਾ। ਅਤੇ ਆਪਾਂ ਸਾਰਾ ਇਹਨੂੰ ਚੁਗ ਲੈਂਦੇ, ਅਤੇ ਇਹਦੇ 'ਚ ਜਿਹੜੀ ਨਾ ਮਿੱਟੀ ਕਾਫੀ ਹੁੰਦੀ ਆ, ਅਤੇ ਇਹਨੂੰ ਆਪਾਂ 2-3 ਵਾਰ ਜਿਹੜਾ ਚੰਗੀ ਤਰ੍ਹਾਂ ਬਾਅਦ 'ਚੋਂ ਧੋ ਕੇ ਸਾਫ਼ ਕਰ ਲਾਂਗੇ। ਪਹਿਲਾਂ ਇਹਨੂੰ ਆਪਾਂ ਇੱਦਾਂ ਚੁੰਗ ਲੈਂਦੇ ਹਾਂ, ਚੁਣ ਕੇ ਅਤੇ ਵਿੱਚੋਂ ਕੱਢ ਦਾਂਗੇ ਘਾਹ ਫੂਸ। ਚਲੋ ਜੀ, ਜਿਹੜਾ ਸਾਗ ਅਤੇ ਪਾਲਕ ਆਪਾਂ ਦੋਨੇ ਹੀ ਇਹ ਚੰਗੀ ਤਰ੍ਹਾਂ ਸਾਫ਼ ਕਰ ਲਏ ਆ, ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ। 3-4 ਵਾਰ ਇਹਨੂੰ ਆਪਾਂ ਪਾਣੀ ਵਿੱਚ ਦੀ ਕੱਢਾਂਗੇ, ਕਿਉਂਕਿ ਇਹਦੇ ਵਿੱਚ ਨਾ ਕਾਫੀ ਕਿਰਕਾ ਰੇਤਾ ਹੈ ਕਾਫੀ ਉੱਪਰ ਇਹਦੇ, ਅਤੇ ਇਹਨੂੰ ਆਪਾਂ 2-3 ਵਾਰ ਧੋ ਲਾਂਗੇ। ਚਲੋ ਆਪਾਂ ਜਿਹੜਾ ਸਾਗ ਆ ਇਹ ਧੋ ਲਈਏ, ਬਾਅਦ 'ਚੋਂ ਦੇਖਦੇ ਹਾਂ ਫਿਰ। ਹਜੇ ਜਿਹੜਾ ਟਾਈਮ ਆ 10:30 ਦਾ ਹੋਇਆ, ਜ਼ਿਆਦਾ ਜਿਹੜਾ ਟਾਈਮ ਨਹੀਂ ਗਾ, ਜਿੱਦਾਂ ਸਾਗ ਬਣਾਉਣਾ ਹੁੰਦਾ ਉਦੋਂ ਤਾਂ ਸਾਰਾ ਦਿਨ ਇੱਦਾਂ ਹੀ ਲੰਘ ਜਾਂਦਾ, ਕਿਤੇ ਇਹਨੂੰ ਧੋ ਲਓ, ਕਿਤੇ ਚੀਰ ਲਓ, ਪਹਿਲਾਂ ਚੰਗੀ ਤਰ੍ਹਾਂ ਚੁਗ ਲਓ। ਜਦੋਂ ਜ਼ਿਆਦਾ ਵਧੀਆ ਗੰਦਲਾਂ ਵਾਲਾ ਸਾਗ ਹੁੰਦਾ ਉਦੋਂ ਤਾਂ ਇਹਨੂੰ ਆਪਾਂ ਛਿੱਲ ਵੀ ਲੈਂਦੇ ਹਾਂ, ਟੇਸਟੀ ਵੀ ਵੈਸੇ ਜ਼ਿਆਦਾ ਵਧੀਆ ਬਣਦਾ ਉਹ ਗੰਦਲਾਂ ਦਾ ਸਾਗ। ਹਜੇ ਜਿਹੜੀਆਂ ਇੰਨਾ ਗੰਦਲਾਂ ਵਾਲਾ ਸਾਗ ਨਹੀਂ ਹੋਇਆ ਗਾ, ਹੈ ਤਾਂ ਹੈਗੀਆਂ ਇਹ ਸਾਗ ਦੇ ਵੀ ਗੰਦਲਾਂ, ਪਰ ਜਿਹੜਾ ਘਰ ਦੇ ਸਾਗ ਦਾ ਟੇਸਟ ਆ ਉਹ ਅਲੱਗ ਹੀ ਹੁੰਦਾ। ਅਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਦਾਂ ਕਰਕੇ ਧੋ ਲੈਂਦੇ ਹਾਂ, ਕਾਫੀ ਮਿਹਨਤ ਹੋ ਜਾਂਦੀ ਸਾਗ ਦੀ, ਪਰ ਟੇਸਟੀ ਵੀ ਲੱਗਦਾ, ਵਧੀਆ ਲੱਗਦਾ ਸਿਆਲ 'ਚ ਸਾਗ, ਸਬਜ਼ੀਆਂ ਇੰਨੀਆਂ ਵਧੀਆ ਨਹੀਂ ਲੱਗਦੀਆਂ, ਜਿਹੜਾ ਸਾਗ ਵਧੀਆ ਲੱਗਦਾ। ਸਾਗ ਜਿਹੜਾ ਆਪਾਂ ਧੋ ਕੇ ਧੁੱਪੇ ਰੱਖਤਾ, ਇਹ ਸੁੱਕ ਜੂਗਾ, ਪਾਣੀ ਜਿਹਾ ਨਿਚੜ ਜਾਂਦਾ ਇਹਦਾ, ਚੰਗੀ ਤਰ੍ਹਾਂ ਸੁੱਕ ਜਾਂਦਾ, ਜੇ 1-2 ਵਾਰ ਹਿਲਾ ਜੇ ਦੇਵਾਂਗੇ ਜਲਦੀ ਸੁੱਕ ਜੂਗਾ ਇਹ। ਇੱਧਰ ਆਪਾਂ ਜਿਹੜੇ ਪੜਦੇ ਉਤਾਰ ਕੇ ਧੋਤੇ ਆ, ਅਤੇ ਆਪਾਂ ਨਾਲ ਦੀ ਨਾਲ ਜਿਹੜੀ ਆਪਣਾ ਸਫਾਈ ਦਾ ਕੰਮ ਵੀ ਚੱਲੀ ਜਾਂਦਾ, ਫਿਰ ਸੋਚਿਆ ਵੀ ਸਾਗ ਸ਼ਾਮ ਦਾ ਫਿਕਰ ਪਹਿਲਾਂ ਪੈ ਜਾਂਦਾ ਰੋਟੀ ਦਾ, ਕਿਉਂਕਿ ਅਜੇ 10-11 ਵਜੇ ਇਹਨੂੰ ਲੱਗੀ ਹੈ ਬਣਾਉਣ, ਫਿਰ ਹੀ ਸ਼ਾਮ ਤੱਕ ਨਿਪਰੇ ਚੜ੍ਹਦਾ, ਫਿਰ ਹੀ ਬਣਦਾ ਵਧੀਆ, ਨਹੀਂ ਤਾਂ ਸਵਾਦ ਨਹੀਂ ਬਣਦਾ ਗਾ ਫਿਰ। ਚਲੋ ਆਪਾਂ ਹੁਣ ਸਾਗ ਜਿਹੜਾ ਧੋ ਕੇ ਰੱਖਤਾ, ਅਤੇ ਆਪਾਂ ਹੁਣ ਹੋਰ ਕੰਮ ਕਰ ਲੈਂਦੇ, ਇੰਨਾ ਟਾਈਮ ਉਦੋਂ ਨੂੰ ਸੁੱਕ ਜੂ ਅਤੇ ਫਿਰ ਆਪਾਂ ਇਹਨੂੰ ਚੀਰ ਲਾਂਗੇ। 1:15 ਦਾ ਜਿਹੜਾ ਟਾਈਮ ਹੋ ਗਿਆ,
ਤੇ ਆਪਾਂ ਉੱਧਰ ਚਾਹ ਬਣਨ ਵਾਸਤੇ ਰੱਖਤੀ ਆ ਤੇ ਇੱਧਰ ਆਪਾਂ ਅੱਗ ਬਾਲ ਲੈਂਦੇ ਹਾਂ ਤੇ ਆਪਾਂ ਜਿਹੜਾ ਸਾਗ ਆ ਬਣਾਵਾਂਗੇ ਚੁੱਲ੍ਹੇ ਤੇ। ਚੁੱਲ੍ਹੇ ਦੇ ਉੱਪਰ ਬਣਿਆ ਜਿਹੜਾ ਸਾਗ ਉਹ ਟੇਸਟੀ ਹੁੰਦਾ, ਬਹੁਤ ਜ਼ਿਆਦਾ ਟੇਸਟੀ ਲੱਗਦਾ। ਕਈ ਹੈਂਡ ਬਲੈਂਡਰ ਦੇ ਨਾਲ ਵੀ ਇਹਨੂੰ ਘੁੱਟ ਲੈਂਦੇ ਆ, ਪਰ ਉਹਦਾ ਜਿਹੜਾ ਟੇਸਟ ਆ ਮੈਨੂੰ ਵਧੀਆ ਨਹੀਂ ਲੱਗਦਾ ਗਾ। ਜਿਹੜਾ ਆਪਾਂ ਅੱਗ ਦੇ ਉੱਪਰ ਰਿੰਨ ਕੇ ਹੈ ਨਾ ਬਣਾਉਣਾ, ਉਹਦਾ ਟੇਸਟ ਅਲੱਗ ਹੀ ਹੁੰਦਾ। ਅੱਗ ਜਿਹੜੀ ਆਪਣੀ ਚੰਗੀ ਤਰ੍ਹਾਂ ਬਲ ਗਈ ਆ, ਅੱਗ ਜਿਹੜੀ ਮੱਚਦੀ ਕਿੰਨੀ ਵਧੀਆ ਲੱਗਦੀ ਆ। ਅਤੇ ਆਪਾਂ ਇਹਦੇ ਵਿੱਚ ਪਤੀਲੇ ਦੇ ਵਿੱਚ ਪਾ ਕੇ ਪਾਣੀ ਰੱਖਤਾ ਅਤੇ ਇਹਨੂੰ ਉਬਲ ਲੈਣ ਦਿੰਦੇ ਹਾਂ ਅਤੇ ਉੱਧਰ ਆਪਾਂ ਸਾਗ ਚੀਰ ਲੈਂਦੇ ਹਾਂ। ਅਤੇ ਸਾਗ ਅੱਗੇ ਮੈਂ ਕੱਟਣਾ ਵੀ ਕਈ ਵਾਰੀ ਕੱਟ ਲੈਂਦੀ ਹਾਂ ਜਿੱਦਾਂ ਦਿਲ ਕਰਦਾ। ਇੱਦਾਂ ਕਈ ਇਹਨੂੰ ਦਾਤ ਬੋਲਦੇ ਆ, ਕਈ ਇਹਨੂੰ ਦਾਤੀ ਵੀ ਬੋਲਦੇ ਆ, ਸਾਡੇ ਇਹਨੂੰ ਕਹਿੰਦੇ ਆ ਦਾਤ। ਅੱਜ ਮੈਂ ਜਿਹੜਾ ਸਾਗ ਆ ਉਹ ਦਾਤ ਨਾਲ ਚੀਰੂੰਗੀ, ਕਿਉਂਕਿ ਨਾ ਜਿਹੜਾ ਸਾਗ ਹੈ ਹਜੇ ਥੋੜ੍ਹਾ ਹੁੰਦਾ, ਜ਼ਿਆਦਾ ਸਾਗ ਨਹੀਂ ਹੁੰਦਾ ਗਾ। ਜਦੋਂ ਜ਼ਿਆਦਾ ਸਰਦੀਆਂ ਹੁੰਦੀਆਂ ਗੰਦਲਾਂ ਵਾਲਾ ਸਾਗ ਬਣ ਜਾਂਦਾ, ਫਿਰ ਉਹ ਕਾਫੀ ਹੁੰਦਾ ਅਤੇ ਉਦੋਂ ਤਾਂ ਚੱਲ ਆਪਾਂ ਜਿਹੜਾ ਕਟਰ ਨਾਲ ਵੀ ਚੀਰ ਲੈਂਦੇ ਹਾਂ ਸਾਗ ਕਟਰ ਨਾਲ। ਅਤੇ ਹੁਣ ਜਿਹੜਾ ਸਾਗ ਹੈ ਥੋੜ੍ਹਾ ਜ਼ਿਆਦਾ ਨਹੀਂ ਗਾ, ਅਤੇ ਇਹਨੂੰ ਆਪਾਂ ਇੱਦਾਂ ਦਾਤ ਨਾਲ ਹੀ ਚੀਰ ਲੈਂਦੇ ਹਾਂ। ਇਹਦੇ ਨਾਲ ਵੀ ਜਲਦੀ ਚੀਰਿਆ ਜਾਂਦਾ। ਮੈਂ ਇਹਦੇ ਨਾਲ ਵੀ ਜਿਹੜਾ ਸਾਗ ਆ ਚੀਰ ਲੈਂਦੀ ਹਾਂ, ਕਿਉਂਕਿ ਫਿਰ ਨਾ ਜਿਹੜਾ ਕਟਰ ਆ ਜਾਂ ਮਸ਼ੀਨ ਆ ਜਿਹੜੀ ਸਾਗ ਵਾਲੀ ਨਾ ਉਹ ਜ਼ਿਆਦਾ ਧੋਣ ਵਾਲੀ ਹੋ ਜਾਂਦੀ ਆ। ਸਾਗ ਜਿਹੜਾ ਥੋੜ੍ਹਾ ਬਣਾਉਣ ਵਾਲਾ ਹੁੰਦਾ ਉਹ ਤੋਂ ਜ਼ਿਆਦਾ ਟਾਈਮ ਮਸ਼ੀਨ ਧੋਣ ਨੂੰ ਲੱਗ ਜਾਂਦਾ, ਸਾਗ ਕੱਟਣ ਨੂੰ ਧੋਣ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ। ਫਿਰ ਸੋਚਿਆ ਵੀ ਚੱਲ ਆਪਾਂ ਇਹਦੇ ਨਾਲ ਹੀ ਕੱਟ ਲੈਂਦੇ ਹਾਂ ਸਾਗ, ਅਤੇ ਆਪਾਂ ਇਵੇਂ ਕਰਕੇ ਜਿਹੜਾ ਸਾਗ ਕੱਟ ਲੈਂਦੇ ਹਾਂ। ਸਾਗ ਆ ਜਿਹੜਾ ਆਪਾਂ ਕੱਟ ਲਿਆ ਇੱਧਰ, ਪਾਣੀ ਉਬਲਣ ਲੱਗ ਗਿਆ, ਆਪਾਂ ਸਾਗ ਪਾ ਦਿੰਦੇ ਹਾਂ। ਸਾਗ ਪਾਉਣ ਤੋਂ ਆਪਾਂ 10 ਕੁ ਮਿੰਟ ਬਾਅਦ ਇਹਦੇ ਵਿੱਚ ਜਿਹੜਾ ਨਮਕ ਪਾ ਦਿੰਦੇ ਹਾਂ, ਇਹ ਆਪਾਂ ਟੇਸਟ ਦੇ ਹਿਸਾਬ ਨਾਲ ਪਾ ਲਾਂਗੇ। ਆਪਾਂ ਜਿੰਨਾ ਵੀ ਆਪਾਂ ਖਾਂਦੇ ਹਾਂ ਜਾਂ ਜਿੰਨਾ ਕੁ ਆਪਣਾ ਸਾਗ ਹੈ, ਮੈਂ ਜਿਹੜਾ ਇਹਦੇ ਵਿੱਚ ਨਮਕ ਪਾਤਾ ਅਤੇ ਜਿਹੜਾ ਸਾਗ ਹੈ ਰਿੱਝ ਨਾਲ ਸਟਾਰਟ ਹੋ ਗਿਆ। ਇਹਦੇ ਵਿੱਚ ਮੈਂ ਪਾਲਕ ਨਹੀਂ ਹਜੇ ਪਾਇਆ, ਸਾਗ ਜਿਹੜਾ ਆਪਣਾ ਅੱਧਾ ਕਰਿੱਜ ਗਿਆ ਅਤੇ ਹੁਣ ਆਪਾਂ ਇਹਦੇ 'ਚ ਪਾ ਦੇਵਾਂਗੇ ਪਾਲਕ। ਜਦੋਂ ਸਾਗ ਥੋੜ੍ਹਾ ਜਿਹਾ ਰਿੱਝ ਜਾਂਦਾ ਪਾਲਕ ਆਪਾਂ ਬਾਅਦ 'ਚੋਂ ਪਾਉਂਦੇ ਹਾਂ, ਮੈਂ ਜਿਹੜਾ ਪਾਲਕ ਨਾਲ ਹੀ ਨਹੀਂ ਪਾਉਂਦੀ ਜੀ। ਅਤੇ ਹੁਣ ਆਪਾਂ ਲਸਣ ਅਤੇ ਅਦਰਕ ਜਿਹੜਾ ਉਹ ਛਿੱਲ ਲੈਂਦੇ ਹਾਂ। ਇਹ ਆਪਾਂ ਮੱਕੀ ਦਾ ਆਟਾ ਲਿਆ ਹੈ ਆਲਣ ਵਾਸਤੇ, ਆਪਾਂ ਸਾਗ ਚਾਲਣ ਪਾਵਾਂਗੇ ਅਤੇ ਇਹ ਆਪਾਂ ਸੁੱਕਾ ਵੀ ਪਾ ਸਕਦੇ ਹਾਂ। ਅਤੇ ਮੈਂ ਇਹਦਾ ਪੇਸਟੀਆ ਬਣਾ ਲੈਂਦੀ ਹਾਂ ਪਾਣੀ ਪਾ ਕੇ।
इन्ना क जिहड़ा संघना जिहा आपां इहदा हैगा घोल जिहा बना लिया। इहदे नाल ना जिहड़े आपां गंढां जिहड़ियां जां ओह नहीं बनदियां गियां। कई बार सुक्का आलण पाउण नाल ना गंढ बन जांदी विच आटे दी। चंगी तरह घोट लेने पहले हनेरा ही हो गया, वैसे भी सर्दियों करके ना थोड़ा जा हनेरा जल्दी हो जाता, तो अपन थोड़ा थोड़ा करके बच्चे पाई चलते हैं। ਰਿਜਿਆ ਹੋਇਆ ਕਾਫੀ ਟਾਈਮ ਦਾ ਸੀ। ਸ਼ਾਮ ਦਾ ਰਿਹਾ ਹੈ। ਚਾਰ ਪੰਜ ਘੰਟੇ ਲੱਕੜਾਂ ਦੀ ਅੱਗ ਤੇ ਵੈਸੇ ਵੈਸੇ ਤੋਰ ਗਿਆ ਤਾਂ ਵੈਸੇ ਵੀ ਛੇਤੀ ਬਣ ਜਾਂਦਾ। ਚੱਕਾ ਤੱਕ ਵੀ ਬਹੁਤ ਗਰਮੀ। चलो जी जिहड़ा साग अपना बन के तैयार है, आप आलण पा लिया, हुण आपां प्रशादा छकदे हां। ते अज वाली वीडियो का एंड भी आप इत्थे ही करदे हां। ते मिलदे हां किसी होर नवी वीडियो दे नाल, कोई नवी रैसिपी जां ब्लॉग लैके। तद तक लई सति श्री अकाल, बाय बाय।